ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ਜਬਰੀ ਅਗਵਾ ਕਰਨ ਅਤੇ ਧਰਮ ਪਰਿਵਰਤਨ ਤੋਂ ਬਾਅਦ ਨਿਕਾਹ ਕਰਵਾਉਣ ਦੇ ਮਾਮਲੇ ਵਿੱਚ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਜਗਜੀਤ ਕੌਰ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਅਤੇ 8 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ। ਪਰ ਹੁਣ ਖਬਰਾਂ ਨੇ ਜਗਜੀਤ ਕੌਰ ਨੂੰ ਪਰਿਵਾਰ ਦੇ ਹਵਾਲੇ ਨਹੀਂ ਕੀਤਾ ਗਿਆ ਅਤੇ ਜਗਜੀਤ ਕੌਰ ਦੇ ਭਰਾ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ, ਜਦਕਿ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ ਪਰਿਵਾਰ ਨੂੰ ਇੰਤਜ਼ਾਰ ਕਰਨ ਲਈ ਕਹਿ ਰਹੀ ਹੈ। ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਕੁੜੀ ਨੂੰ ਸੇਫ ਹਾਊਸ ਵਿੱਚ ਰੱਖਿਆ ਗਿਆ। ਇਸ ਮਾਮਲੇ 'ਤੇ ਲਗਾਤਾਰ ਸਿੱਖ ਜਥੇਬੰਦੀਆਂ ਦਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਜਗਜੀਤ ਕੌਰ ਨੂੰ ਮਾਪਿਆਂ ਦੇ ਹਵਾਲੇ ਨਹੀਂ ਕੀਤਾ ਗਿਆ, ਬਲਕਿ ਦੂਰ ਤੋਂ ਹੀ ਜਗਜੀਤ ਕੌਰ ਮਾਪਿਆਂ ਨੂੰ ਦਿਖਾਈ ਗਈ। ਜਗਜੀਤ ਕੌਰ ਜਿਸ ਨੂੰ ਪਰਸੋਂ ਤੋਂ ਅਗਵਾ ਕੀਤਾ ਹੋਇਆ ਹੈ, ਜਬਰਨ ਜਿਸ ਦਾ ਧਰਮ ਬਦਲਿਆ ਗਿਆ, ਜਬਰਨ ਜਿਸ ਦਾ ਨਿਕਾਹ ਕੀਤਾ ਗਿਆ, ਜਿਸ ਦਾ ਜਬਰਨ ਨਾਮ ਬਦਲਿਆ ਗਿਆ, ਉਸ ਬੇਟੀ ਨੂੰ ਕੱਲ੍ਹ ਗਵਰਨਰ ਹਾਊਸ ਅੰਦਰ ਬੁਲਾ ਕੇ ਉਹਨਾਂ ਦੇ ਮਾਪਿਆਂ ਨੂੰ ਦੂਰੋਂ ਦਿਖਾਇਆ ਗਿਆ ਔਰ ਸਵੇਰ ਦੀ ਮੀਡੀਆ ਦੇ ਅੰਦਰ ਇੱਕ ਖਬਰ ਫਲੋਟ ਕਰਾਈ ਗਈ ਪਾਕਿਸਤਾਨ ਵੱਲੋਂ ਕਿ ਜਗਜੀਤ ਜਿਹੜੀ ਆ ਉਸ ਦੇ ਮਾਂ ਬਾਪ ਨੂੰ ਦੇ ਦਿੱਤੀ ਗਈ ਆ। ਮਕਸਦ ਇਹ ਸੀ ਕਿ ਜੋ ਲਾਹੌਰ ਅੰਦਰ ਇੰਟਰਨੈਸ਼ਨਲ ਸਿੱਖ ਕਾਨਫਰੰਸ ਹੋਣੀ ਸੀ ਉਸ ਦੀ ਲੋਕਾਂ ਨੇ ਬਾਈਕਆਊਟ ਕਰਨਾ ਸ਼ੁਰੂ ਕਰਤਾ। ਡਾਕਟਰ ਗੁਰਚਰਨ ਸਿੰਘ ਜੀ ਨੇ ਬਹੁਤ ਹੀ ਦਲੇਰਾਨਾ ਬਿਆਨ ਦੇ ਕੇ ਗੱਲ ਕਹੀ ਕਿ ਜਦੋਂ ਤੱਕ ਸਾਡੀ ਬੇਟੀ ਜਿਹੜੀ ਆ ਵਾਪਸ ਨਹੀਂ ਮਿਲਦੀ ਅਸੀਂ ਇਸ ਕਾਨਫਰੰਸ ਦਾ ਬਾਈਕਆਊਟ ਕਰਦੇ ਹਾਂ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਵਕਤ ਉੱਤੇ ਆਪਣਾ ਸਟੈਂਡ ਸਪਸ਼ਟ ਕਰਦੇ ਨੇ ਔਰ ਦੱਸਦੇ ਨੇ ਕਿ ਕੌਮ ਦੇ ਨਾਲ ਖੜ੍ਹੇ ਨੇ। ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਲੋੜ ਆ। ਮੈਂ ਬਾਰ ਬਾਰ ਅਪੀਲ ਕਰਦਾ ਪਿਆ ਪਰ ਮੈਨੂੰ ਇਹ ਸਮਝ ਤੋਂ ਪਰਾਂ ਹੈ ਕਿਉਂ ਸਾਡੇ ਮੈਂਬਰ ਪਾਰਲੀਮੈਂਟ ਚੁੱਪ ਨੇ, ਕਿਉਂ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਚੁੱਪ ਨੇ, ਕਿਉਂ ਨਿਊਜ਼ੀਲੈਂਡ ਦੇ ਮੈਂਬਰ ਪਾਰਲੀਮੈਂਟ ਚੁੱਪ ਨੇ, ਕਿਉਂ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਮਿਨਿਸਟਰਸ ਕਿਉਂ ਚੁੱਪ ਨੇ, ਕੀ ਮਜਬੂਰੀ ਆ ਉਹਨਾਂ ਦੀ, ਕਿਆ ਇਹ ਧੀ ਸਾਡੀ ਆਪਣੀ ਨਹੀਂ, ਕਿਆ ਇਹ ਧੀ ਸਾਡੀ ਸਾਰਿਆਂ ਦੀ ਸਾਂਝੀ ਨਹੀਂ, ਕਿਆ ਇਹ ਸਾਡੀ ਆਪਣੀ ਪੱਤ ਨਹੀਂ, ਸਾਡੀ ਪੱਤ ਨੂੰ ਸਾਡੀ ਲਾਜ 'ਤੇ ਕਿਸੇ ਨੇ ਹੱਥ ਪਾਇਆ ਹੈ, ਸਾਡੀ ਇੱਜ਼ਤ 'ਤੇ ਕਿਸੇ ਨੇ ਹੱਥ ਪਾਇਆ ਹੈ, ਸਾਡਾ ਫਰਜ਼ ਬਣਦਾ ਇਕਜੁੱਟਤਾ ਦਿਖਾਉਣਾ। ਮੈਂ ਉਸ ਪਰਿਵਾਰ ਨਾਲ ਲਗਾਤਾਰ ਸੰਪਰਕ 'ਚ ਹਾਂ, ਪਰਿਵਾਰ ਦੇ ਉੱਤੇ ਬੜੀ ਦਹਿਸ਼ਤ ਆ, ਉਹਨੂੰ ਡਰਾਇਆ ਗਿਆ ਹੈ, ਇਹ ਵੀ ਕਿਹਾ ਗਿਆ ਕਿ ਗੱਲਬਾਤ ਨਹੀਂ ਕਰਨੀ, ਇਸ ਕਰਕੇ ਮੈਂ ਉਹਨਾਂ ਦਾ ਨਾਮ ਨਾ ਸਾਂਝਾ ਕਰਦਾ ਹੋਇਆ ਇਹ ਜਾਣਕਾਰੀ ਦੇਣਾ ਚਾਹੁੰਦਾ ਹੈ ਕਿ ਉਹ ਪਰਿਵਾਰ ਨੂੰ ਬਹੁਤ ਦਹਿਸ਼ਤ ਰੱਖਿਆ ਜਾ ਰਿਹਾ, ਡਰਾ ਕੇ ਧਮਕਾ ਕੇ ਉਹਦੇ ਆਸ ਪਾਸ ਦੇ ਰਿਸ਼ਤੇਦਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਕਿ ਤੁਸੀਂ ਕੋਈ ਵੀਡੀਓ 'ਤੇ ਨਹੀਂ, ਕੋਈ ਫੋਨ ਨਹੀਂ ਪਾਉਣਾ, ਪਰ ਉਹਨਾਂ ਦੀ ਬੇਟੀ ਉਹਨਾਂ ਨੂੰ ਨਹੀਂ ਮਿਲੀ। ਉਹਨਾਂ ਨੇ ਬਾਰ ਬਾਰ ਅਪੀਲ ਕਰਦੇ ਪਏ ਨੇ ਕਿ ਅਸੀਂ ਸਿਰਸਾ ਜੀ ਸਾਡੇ ਮਾਧਿਅਮ ਤੋਂ ਤੁਹਾਡੇ ਮਾਧਿਅਮ ਤੋਂ ਅਸੀਂ ਦੁਨੀਆ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਡਾ ਸਾਥ ਦਿਓ। ਅਸੀਂ ਲੱਖਾਂ ਦੀ ਗਿਣਤੀ ਸੀ 1947 ਤੋਂ ਪਹਿਲਾਂ, ਅੱਜ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਵੀ ਨਹੀਂ ਰਹਿ ਗਏ, ਕਿੱਥੇ ਚਲੇ ਗਏ ਸਾਰੇ ਸਿੱਖ? ਇਹ ਜਵਾਬ ਮੰਗੋ, ਦੁਨੀਆ ਭਰ ਦੇ ਵਾਸਤੇ ਸਿੱਖਾਂ ਤੋਂ ਇਹ ਜਵਾਬ ਮੰਗਿਆ ਜਾਵੇ। ਬਹਿਰਹਾਲ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਹੈ। ਲਗਾਤਾਰ ਸਿੱਖ ਜਥੇਬੰਦੀਆਂ ਗੁੱਸੇ ਦਾ ਪ੍ਰਗਟਾਵਾ ਕਰ ਰਹੀਆਂ ਨੇ ਅਤੇ ਜਗਜੀਤ ਕੌਰ ਨੂੰ ਪਰਿਵਾਰ ਨੂੰ ਸੌਂਪਣ ਦੀ ਮੰਗ ਕਰ ਰਹੀਆਂ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।